ਪੰਜ ਮਾਣ ਤੋਂ ਉੱਤੇ ਅੰਦਾਜ਼ਾ ਲਾਇਆ ਜੀ, ਪੰਜ ਮਾਣ ਤੋਂ ਉੱਤੇ ਹੀ ਹੋਏਗਾ ਥੋੜਾ ਜਿਹਾ। ਖਾ ਲਓ ਖਾ ਲਓ ਖਾ ਲਓ, ਚਾਰਾ ਵੀ ਖਾ ਲਓ। ਆਜ ਹੈ ਇਸਕਾ ਆਖਰੀ ਦਿਨ। ਅਲਹਮਦੁਲਿਲਾ ਜੀ, ਹੁਣ ਜੁਆਇਨ ਵਜ਼ੀਬਾ ਹੋ ਚੁੱਕਾ ਹੈ। ਅਭੀ ਗੋਸ਼ਤ ਬਣਾਇਆ ਜਾ ਰਿਹਾ ਹੈ, ਆਧੇ ਘੰਟੇ ਮੇਂ ਗੋਸ਼ਤ ਬਣ ਜਾਏਗਾ। ਹਮਾਰੇ ਸੰਮਾ ਭਾਈ ਜੋ ਹੈ ਮਾਸ਼ਾਅੱਲਾ, ਵੋ ਪੂਰੇ ਐਕਸਪਰਟ ਹੈ, ਵਪਾਰ ਵੀ ਕਰਤੇ ਹੈ ਔਰ ਕਸਾਈ ਵੀ ਹੈ। ਸਾਰੇ ਭਾਈ ਆਏ ਹੋਏ ਹੈ, ਮੁਕੱਦਮ ਭਾਈ, ਅਬੂ ਜਾਨ, ਔਰ ਯਹਾਂ ਪੇ ਹਮਾਰੇ ਮਹਿਮਾਨ ਵੀ ਤਸ਼ਰੀਫ ਲਾ ਰਹੇ ਹੈ ਮਾਸ਼ਾਅੱਲਾ। ਹਮਾਦ ਭਾਈ ਮਾਸ਼ਾਅੱਲਾ, ਵਾਲੇਕੁਮ ਅਸਲਾਮ। ਹਮਾਦ ਭਾਈ ਤਸ਼ਰੀਫ ਲੈ ਚੁੱਕੇ ਹੈ, ਸਰ ਨਵਾਬ ਸਾਹਿਬ ਕਿੱਧਰ ਹੈ? ਨਵਾਬ ਸਾਹਿਬ ਅੱਲਾ ਕੀ ਰਾਹ ਮੇਂ ਚਲੇ ਗਏ। ਚਲੇ ਜੀ, ਕਬਾਬ ਕੀ ਤਿਆਰੀ ਕਰਨੀ ਹੈ? ਇਹ ਜੀ ਗੋਸ਼ਤ ਜੋ ਹੈ ਬਣਾਉਣਾ ਸ਼ੁਰੂ ਹੋ ਚੁੱਕਿਆ। ਭਾਈ ਸਾਹਿਬ ਕਹਿ ਰਹੇ ਹਾਂ ਆਧੇ ਘੰਟੇ ਮੇਂ, ਜ਼ਿਆਦਾ ਸੇ ਜ਼ਿਆਦਾ ਇੱਕ ਘੰਟਾ ਲੱਗੇਗਾ, ਗੋਸ਼ਤ ਬਣ ਜਾਏਗਾ। ਔਰ ਅਭੀ ਕਬਾਬ ਜੋ ਹੈ ਉਸਕੀ ਤਿਆਰੀ ਕਰਨੀ ਹੈ। ਕਰਮ ਭਾਈ ਬਣਾਏਗੇ ਕਬਾਬ, ਮੈਂ ਔਰ ਹਮਾਦ ਭਾਈ ਜੋ ਹੈ ਸਮਾਨ ਸਾਰਾ ਯਹਾਂ ਪੇ ਲੈ ਕੇ ਆਤੇ ਹਾਂ, ਇਕੱਠਾ ਕਰਤੇ ਹੈ। ਅਲਹਮਦੁਲਿਲਾ ਜੀ, ਜੇ ਦੇਖੇ ਜੀ ਮਾਸ਼ਾਅੱਲਾ, ਗੋਸ਼ਤ ਜੋ ਹੈ ਬਣਾ ਦੀ ਹੈ ਸ਼ਮਸ ਭਾਈ ਨੇ। ਅਭੀ ਨਾ ਇਸ ਗੋਸ਼ਤ ਕੋ ਹਮ ਲੋਕ ਤੋਲਤੇ ਹੈ, ਵਜ਼ਨ ਕਰਤੇ ਹੈ, ਔਰ ਯਹਾਂ ਪੇ ਕਰਮ ਭਾਈ ਔਰ ਹਮਾਦ ਭਾਈ ਲੱਗੇ ਹੋਏ ਹੈ ਬਣਾਉਣੇ ਕੇ ਲੀਏ। ਟਾਈਮ ਸੇ ਮਾਸ਼ਾਅੱਲਾ ਕਾਮ ਕੰਪਲੀਟ ਹੋ ਗਿਆ ਹਮਾਰਾ, ਅਭੀ ਤਕਰੀਬਨ 11:30 ਜਾਂ 12:15 ਕਾ ਟਾਈਮ ਹੋਇਆ। ਔਰ ਮਾਸ਼ਾਅੱਲਾ ਤਸ਼ਰੀਫ ਲਾ ਚੁੱਕੇ ਹਮਾਰੇ ਜ਼ੈਨ ਭਾਈ। ਜ਼ੈਨ ਭਾਈ ਮੁਬਾਰਕ ਹੈ। ਮੌਜ਼ਮ ਭਾਈ ਪੂਰੀ ਖਿਦਮਤ ਕਰਤੇ ਹੋਏ ਯਹਾਂ ਪੇ, ਯਹਾਂ ਪੇ ਹਮਾਰੇ ਗਾਉਂ ਕੇ ਬੱਚੇ ਬੜੇ ਐਕਸਾਈਟਡ ਥੇ, ਉਨਕੋ ਜ਼ਿਬਾ ਹੋਤੇ ਹੋਏ ਦੇਖਤੇ ਹੋਏ। ਅਸਲਾਮ ਅਲੈਕੁਮ ਸਕਲੈਨ ਭਾਈ। ਸਕਲੈਨ ਭਾਈ ਅਭੀ ਵਜ਼ਨ ਕਰਨਾ ਹੈ ਔਰ ਫਿਰ ਹਮ ਲੋਕ ਦੇਖਤੇ ਹੈ ਕਿ ਮੁਕੱਦਮ ਭਾਈ ਕਿਤਨਾ ਹਮਾਰਾ ਜੋ ਹੈ ਵੋ ਕੇਮਲ ਹੋਤਾ ਹੈ। ਨਵਾਬ ਸਾਹਿਬ ਕਾ ਗੋਸ਼ਤ ਕਿਤਨਾ ਹੋਤਾ ਹੈ? ਆਪਕਾ ਵੈਸੇ ਕਿਤਨਾ ਹੁਆ ਹੈ? ਹਮਾਰਾ 10 ਕਿਲੋ ਕਮ, 5 ਮਨ। 5 ਮਨ, ਮਾਸ਼ਾਅੱਲਾ ਯਾਰ, ਜ਼ਬਰਦਸਤ ਜ਼ਬਰਦਸਤ। ਪਾਣੀ ਸ਼ਾਨੀ ਕਾ ਪੂਰਾ ਬੰਦੋਬਸਤ ਹੈ। ਹਾਂਜੀ ਅਬੂ ਜੀ, ਤੁਹਾਨੂੰ ਕੀ ਲੱਗਦਾ ਕਿੰਨਾ ਹੋਏਗਾ ਵਜ਼ਨ? ਮਾਸ਼ਾਅੱਲਾ 5 ਕਮਾਨ ਨਿਕਲੇਗਾ। ਮਾਸ਼ਾਅੱਲਾ ਜ਼ੈਨ ਭਾਈ, ਤੁਹਾਡਾ ਕਿੰਨਾ ਹੋਇਆ? ਅੰਕਲ ਉਹਨਾਂ ਦੇ ਨਾਲ ਹੈ ਮੈਂ। ਅੱਛਾ ਠੀਕ ਹੋ ਗਿਆ। ਤੁਹਾਡਾ ਕਿੰਨਾ ਹੋਇਆ? ਸਾਡਾ ਅਲਹਮਦੁਲਿਲਾ 7 ਮਨ। ਓ ਮਾਸ਼ਾਅੱਲਾ ਮਾਸ਼ਾਅੱਲਾ, 5 ਤੋਂ ਵਧੇਗਾ ਹੀ ਇਨਸ਼ਾਅੱਲਾ, ਉਮੀਦ ਹੈ ਘਟੇਗਾ ਜੀ ਇਨਸ਼ਾਅੱਲਾ ਇਨਸ਼ਾਅੱਲਾ। ਤੋ ਅਭੀ ਜੋ ਹੈ ਨਾ ਵਜ਼ਨ ਕਰਤੇ ਹੈ, ਗੋਸ਼ਤ ਦੇਖਤੇ ਹੈ ਕਿਤਨਾ ਜੋ ਹੈ ਨਾ, ਹਰ ਬੰਦਾ ਆਪਣੇ ਹਿਸਾਬ ਸੇ ਆਈਡੀਆ ਲਗਾ ਰਹਾ ਥਾ ਕਿਤਨਾ ਹੋਗਾ ਇਤਨਾ ਹੋਗਾ। ਕਰਤੇ ਹੈ ਜੀ ਵਜ਼ਨ, ਫਿਰ ਪੈਕਿੰਗ ਕਰਨੀ ਹੈ ਔਰ ਤਕਸੀਮ ਕਰਨਾ ਹੈ, ਸ਼ਾਮ ਸੇ ਪਹਿਲੇ ਪਹਿਲੇ ਸਾਰਾ ਕੰਮ ਕੰਪਲੀਟ ਕਰ ਦੇਣਾ।
ਮੈਂ ਅੰਕਲ ਜੀ ਨੇ ਕਿਹਾ ਹੈ ਕਿ 5 ਮਨ ਇਹ ਥੋੜਾ ਸਾ ਉੱਪਰ ਮੇਰਾ ਵੀ ਅੰਦਾਜ਼ਾ ਯਹੀ ਹੈ ਕਿ ਤਕਰੀਬਨ 5 ਮਨ ਕੱਲ ਤੋਂ ਅੱਗੇ ਅੰਦਾਜ਼ੇ ਕੱਲ ਅੰਦਾਜ਼ਾ ਗਲਤ ਹੈ ਅੱਜ ਸਵੇਰ ਤੋਂ ਯਹੀ ਅੰਦਾਜ਼ਾ ਚਲੇ ਦੇਖਦੇ ਕਿਆ ਹੁੰਦਾ ਸਕਲੈਨ ਭਾਈ ਤੁਹਾਡਾ ਕੀ ਅੰਦਾਜ਼ਾ 4.5 ਮਨ ਉਧਰ 5.5 5.5 ਨਹੀਂ ਯਾਰ ਦੋ ਉਧਰ ਹਮਾਰੇ ਭਾਈ ਮਾਸ਼ਾਅੱਲਾ ਕਬਾਬ ਤਿਆਰ ਕਰ ਰਹੇ ਹੈ ਔਰ ਇਧਰ ਹਮ ਗੋਸ਼ਤ ਤੋਲਨੇ ਪਿਆ ਸੀ ਇਧਰ ਤਿੰਨ ਹੋ ਗਿਆ ਜੀ ਤਿੰਨ ਬਸ ਠੀਕ ਹੈ 4-2 ਮਣ ਹੋ ਗਿਆ ਮਾਸ਼ਾਅੱਲਾ ਜੀ ਹਾਂਜੀ ਤਜਰਬੇ ਹਮੇਸ਼ਾ ਸਾਕੀ ਸਾਹਿਬ ਲਾ ਗਏ ਅਸੀਂ ਹਾਂਜੀ ਭਾਈ ਮੁਕਰਮ ਇਨਸ਼ਾਅੱਲਾ ਸਰ ਤਕਰੀਬਨ 20 ਕਿਲੋ ਜਿਹੜਾ ਸੀ ਨੋ ਕਬਾਬ ਪਾਣੇ ਪਾਣੇ ਐਨਾ ਪਰੇ ਦਾ ਸਿਰੀ ਵਿੱਚ ਹੋ ਗਈ ਆ ਸਿਰੀ ਮੇਰੇ ਹਲੇ ਵਿੱਚ ਹਾਂ 3 ਹੋ ਗਿਆ ਜੀ ਕਰੋੜੇ ਵੀ ਪਾਣੇ ਨੇ ਮੈਂ ਖਲੋਇਆ ਲੈ ਸਾਰੇ ਸਾਰੇ ਪੱਤੇ ਇਕੱਠੇ ਨਹੀਂ ਸੁੱਤੀ ਦਾ 4 ਹੋ ਗਿਆ 4.5 ਹੋ ਜਾਏਗਾ ਸਾਢੇ ਸੱਤ ਕਿਲੋ 7.5 ਕਿਲੋ 5 ਮਾਣ ਤੋਂ ਉੱਤੇ ਅੰਦਾਜ਼ਾ ਲਾਇਆ 5 ਮਾਣ ਤੋਂ ਉੱਤੇ ਹੀ ਹੋਏਗਾ ਥੋੜਾ ਜਿਹਾ ਦੇਖੋ ਜੀ ਅਸੀਂ ਤਜਰਬਾ ਲਾਇਆ ਹੀ ਕਾਮਯਾਬ ਹੋਏ ਹਾਂ ਜੀ ਅਲਹਮਦੁਲਿਲਾ ਖਰੋੜੇ ਵੀ ਪੈਣੇ ਨੇ ਵਿੱਚ ਹਾਲੇ ਇਹ ਨਲੀਆਂ ਹਾਲੇ ਪਈ ਆ ਤੇ ਵਧਣਾ ਹੀ ਆ ਮੇਰੀ ਜਾਨ 5.5 ਮਾਣ ਕਿੱਥੇ ਹੋਇਆ ਮੈਂ ਮਾਰ ਦੇਵੇ 5 ਮਾਣ ਤੇ 13-13 ਕਿਲੋ ਚਲੋ ਅਗਲੇ ਸਾਲ ਦੀ ਬੁੱਕ ਕਰ ਲੋ ਐਡਵਾਂਸ ਉਧਰ ਫਿਰ ਐਡਵਾਂਸ ਮੂੰਹ ਨਾਲ ਐਡਵਾਂਸ ਹੋ ਗਿਆ ਮਾਸ਼ਾਅੱਲਾ ਜੀ 3 ਜਗ੍ਹਾ ਪੇ ਗੋਸ਼ਤ ਕਰ ਲਿਆ ਹੈ
रवि भाई लोग अपना वजन जो है ना वो कर रहे हैं। तो हमारा जो ऊंट है ना वो माशाल्लाह तकरीबन पांच मान होया भाई, माशाल्लाह जी माशाल्लाह पांच मान हो गया जी हमारा ऊंट। और अभी इसको करना है पैक, अभी बारी आती है जी इसको पैक करने की। तोली जाओ जवानो, नहीं रीसा तोड़िया हर प्लास्टिक बैग में एक एक किलो गोश्त किया जा रहा है। बहुत जवान लगे हुए हैं माशाल्लाह, देखें पूरी टीम लगी हुई है। लेकिन ये गोश्त जो है ना वो बन गया, पैक भी कर लिया। तो अभी हम लोग गाड़ी जो है ना अपनी हंटर वो लेके आए हैं खेतों में और इसके ऊपर रख के लेके जाएंगे, रास्ता बना हुआ है। हाँ जी भाई साहब चलो चलो। माशाल्लाह जी माशाल्लाह पूरा गांव जो है ना वो आ गया माशाल्लाह, खाना जो है ना यहाँ पे ही कर दिया गया है माशाल्लाह। पूरा गांव जो है ना वो शिरकत किया माशाल्लाह, बच्चे बूढ़े नौजवान दोस्त कुछ आ रहे हैं कुछ रह गए हैं अल्हम्दुलिल्लाह। जो कबाब बनाया ना भाई मुकरम ने वो तकसीम कर दिया गया। इधर देखें जी बच्चा बाल्टी माशाल्लाह जी, सारे गांव को तकसीम करने के बाद अभी अपनी जो टीम लगी हुई थी ना सारी उसकी बारी आ गई माशाल्लाह। दसर भाई मुबशर भाई सारे माशाल्लाह, मेरे दोस्त भाई सारे लगे हुए थे माशाल्लाह गांव के। मुजफ्फर भाई अभी हम लोग खुद खा रहे हैं जी कबाब माशाल्लाह। लें जी बहुत जो है ना वो सारा घर लेके आए हैं, अभी तकसीम करते हैं पहले गांव सारे भी इंशाल्लाह और फिर जो है ना सब कुछ जाएगा। ये पूरा जो है ना भर के लेके आया था। अस्सलाम वालेकुम, क्या हाल है? ठीक हो? खाओ मजे लो। ले जी अल्हम्दुलिल्लाह गांव में जो है वो तकसीम कर दिया सारे। तो अभी बारी आ रही है जो अपने रैली टेब है ना उनको देने की। तो ये देखें जी सबका ना तरतीब के साथ वजन करके बीच में ना चिट डाल ली है ताकि जो है ना वो याद रहे। अब अभी मैं और अबू जान जा रहे हैं, चलो जी लें जी। अभी हम लोग निकल पड़े हैं अपने जो रिलेटिव हैं उनको देने के लिए माशाल्लाह। अभी दिन जो है ना वो काफ़ी है और अबू जान मेरे साथ हैं। हाँ जी अबू जी ठीक हो गया काम? बिल्कुल बहुत अच्छा काम हुआ, दुरुस्त हो गया काम? मैं काम हुआ। हाँ जी बहुत ही अच्छा काम हुआ, दिन दिन निबड़ गया माशाल्लाह। ये रखा हुआ है पीछे। अभी हम लोग सबसे पहले ये करीबी जो हमसाए हैं दोस्त हैं उनको देते देते रिलेटिव जितने उनको देते देते इंशाल्लाह सबको तकसीम करते हैं। और उम्मीद करते हैं कि आपका भी जो कुर्बानी वाला काम है वो कंप्लीट हो गया और माशाल्लाह अल्लाह ताला की ज़ात जो है ना हम सब की कुर्बानी जो है ना वो कबूल फरमाए।
اور آج کی ویڈیو یہاں پہ کریں گے ختم۔ ملیں گے انشاءاللہ اگلی ویڈیو میں۔ اپنا بہت سارا خیال رکھیں، دعاؤں میں یاد رکھیں۔ اللہ حافظ۔